ਜਦੋਂ ਵੀ ਸਿੱਖ ਅਰਦਾਸ ਕਰਦਾ ਤਾਂ ਮੌਜੂਦਾ ਅਰਦਾਸ ਦੇ ਤੀਜੇ ਪਹਿਰੇ 'ਚ ਜਦੋਂ ਇਹ ਜ਼ਿਕਰ ਆਉਂਦਾ ਖੋਪਰੀਆਂ ਲੁਹਾਈਆਂ ਤਾਂ ਇੱਕਦਮ ਭਾਈ ਤਾਰੂ ਸਿੰਘ ਜੀ ਦੀ ਆ ਖੋਪਰ ਲੱਥੀ ਤਸਵੀਰ ਮਨ ਦੇ ਵਿੱਚ ਉੱਕਰੀ ਜਾਂਦੀ ਆ। ਪਰ ਕੀ ਤੁਸੀਂ ਜਾਣਦੇ ਹੋ ਭਾਈ ਤਾਰੂ ਸਿੰਘ ਜੀ ਕੌਣ ਸੀ, ਕਿੱਥੋਂ ਦੇ ਰਹਿਣ ਵਾਲੇ ਸੀ, ਉਹਨਾਂ ਨੂੰ ਕਿਉਂ ਅਤੇ ਕਿਵੇਂ ਸ਼ਹੀਦ ਕੀਤਾ ਗਿਆ? ਅੱਜ ਦੀ ਇਹ ਸਾਰੀ ਵੀਡੀਓ ਭਾਈ ਤਾਰੂ ਸਿੰਘ ਜੀ ਦੇ ਸੰਪੂਰਨ ਜੀਵਨ ਬਾਰੇ ਹੈ, ਧਿਆਨ ਦੇ ਨਾਲ ਸੁਣਿਓ। ਭਾਈ ਤਾਰੂ ਸਿੰਘ ਜੀ ਦਾ ਜਨਮ 1720 ਨੂੰ ਬਾਬਾ ਜੋਧ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਜੀ ਦੀ ਪਾਵਨ ਕੁੱਖੋਂ ਪਿੰਡ ਬੁੱਲੇ ਨੇੜੇ ਭਿੱਖੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਹੋਇਆ। ਇਹ ਪਿੰਡ ਪਹਿਲਾਂ ਤਹਿਸੀਲ ਕਸੂਰ ਦੇ ਵਿੱਚ ਪੈਂਦਾ ਸੀ, ਹੁਣ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੀ ਆ। ਭਾਈ ਸਾਹਿਬ ਜੀ ਜੱਟ ਪਰਿਵਾਰ ਦੇ ਵਿੱਚੋਂ ਸੀ, ਜ਼ਿਮੀਂਦਾਰਾ ਕਰਦੇ। ਆਪ ਜੀ ਦੀ ਗੋਤ ਸੰਧੂ ਆ। ਭਾਈ ਤਾਰੂ ਸਿੰਘ ਜੀ ਦੀ ਇੱਕ ਵੱਡੀ ਭੈਣ ਸੀ ਬੀਬੀ ਤਾਰੋ ਜੀ। 1716 ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਤਾਂ ਉਹਦੇ ਤੋਂ ਬਾਅਦ ਕਈ ਸਾਲ ਖਾਲਸੇ 'ਤੇ ਬੜਾ ਕਰੜਾ ਸਮਾਂ ਰਿਹਾ। ਸਿੰਘਾਂ ਨੂੰ ਲੱਭ ਲੱਭ ਕੇ ਹਕੂਮਤ ਦੇ ਵੱਲੋਂ ਸ਼ਹੀਦ ਕੀਤਾ ਜਾਣ ਲੱਗਾ, ਸਿਰਾਂ ਦੇ ਮੁੱਲ ਪਏ। ਇਸ ਵੇਲੇ ਲਾਹੌਰ ਦਾ ਗਵਰਨਰ ਸੀ ਅਬਦੁਲ ਸਮਦ ਖਾਨ ਬਹਾਦਰ। ਭਾਈ ਤਾਰੂ ਸਿੰਘ ਜੀ ਉਦੋਂ ਬੜੇ ਛੋਟੀ ਉਮਰ ਦੇ ਸੀ ਜਦੋਂ ਉਹਨਾਂ ਦੇ ਪਿਤਾ ਬਾਬਾ ਜੋਧ ਸਿੰਘ ਜੀ ਇਹ ਸਮੇਂ ਦੇ ਵਿੱਚ ਸ਼ਹੀਦੀ ਪਾ ਗਏ। ਮਾਤਾ ਜੀ ਨੇ ਦੋਵਾਂ ਬੱਚਿਆਂ ਨੂੰ ਬੜੇ ਕਸ਼ਟਾਂ ਦੇ ਨਾਲ ਪਾਲਿਆ ਪੋਸਿਆ, ਬਚਪਨ ਤੋਂ ਹੀ ਸਿੱਖੀ ਦੇ ਗੁੜਤੇ ਦਿੱਤੇ ਅਤੇ ਨਾਲ ਹੀ ਗੁਰਬਾਣੀ, ਗੁਰ ਇਤਿਹਾਸ, ਚਮਕੌਰ ਸਾਹਿਬ ਅਤੇ ਸਰਹੰਦ ਦੀਆਂ ਨੀਹਾਂ ਦੇ ਸਾਕੇ ਲੋਰੀਆਂ ਦੇ ਵਿੱਚ ਸੁਣਾ ਸੁਣਾ ਕੇ ਬੱਚਿਆਂ ਨੂੰ ਵੱਡੇ ਕੀਤਾ। ਨੇੜੇ ਹੋਣ ਦੇ ਕਰਕੇ ਭਾਈ ਤਾਰੂ ਸਿੰਘ ਜੀ ਅਕਸਰ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਆਉਂਦੇ ਜਾਂਦੇ ਸੀ। ਜਦੋਂ ਥੋੜ੍ਹੇ ਜਿਹੇ ਹੋਸ਼ ਸੰਭਾਲੀ ਤਾਂ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਹੈੱਡ ਗ੍ਰੰਥੀ ਜਿਨ੍ਹਾਂ ਨੇ ਬੰਦ ਬੰਦ ਕਟਾ ਕੇ ਪੰਥ ਤੋਂ ਕੁਰਬਾਨ ਹੋਣਾ ਕੀਤਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤਿਨ੍ਹਾਂ ਦੇ ਹੱਥੋਂ ਭਾਈ ਤਾਰੂ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕੀ। ਭਾਈ ਮਨੀ ਸਿੰਘ ਜੀ, ਭਾਈ ਤਾਰਾ ਸਿੰਘ ਜੀ ਵਾਂ ਵਰਗੇ ਮਹਾਨ ਸ਼ਹੀਦਾਂ ਦੇ ਭਾਈ ਤਾਰੂ ਸਿੰਘ ਜੀ ਨੇ ਕਈ ਵਾਰ ਦਰਸ਼ਨ ਕੀਤੇ ਅਤੇ ਉਹਨਾਂ ਦੀ ਸ਼ਹਾਦਤ ਨੂੰ ਬੜਾ ਨੇੜੇ ਤੋਂ ਤੱਕਿਆ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਸਮੇਂ ਭਾਈ ਤਾਰੂ ਸਿੰਘ ਜੀ ਦੀ ਉਮਰ ਸਿਰਫ 14 ਕੁ ਸਾਲ ਸੀ। ਇਹਨਾਂ ਸ਼ਹੀਦੀਆਂ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਰੋਮ ਰੋਮ ਸਿੱਖੀ ਪਿਆਰ ਦੇ ਨਾਲ ਭਰਪੂਰ ਹੋ ਗਿਆ। ਵੱਡੀ ਭੈਣ ਬੀਬੀ ਤਾਰੋ ਦਾ ਵਿਆਹ ਕੀਤਾ ਸੀ, ਪਰ ਕਰਨੀ ਮਾਲਕ ਦੇ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਦੇ ਪਤੀ ਅਕਾਲ ਚਲਾਣਾ ਕਰ ਗਏ। ਭੈਣ ਤਾਰੋ ਜੀ ਵਾਪਸ ਪੂਲੇ ਪਿੰਡ ਆਪਣੀ ਭੈਣ, ਆਪਣੀ ਮਾਤਾ ਅਤੇ ਭਰਾ ਦੇ ਕੋਲ ਵਾਪਸ ਆ ਗਈ। ਭਾਈ ਤਾਰੂ ਸਿੰਘ ਜੀ ਜੱਟ ਸੀ, ਕੁਝ ਜ਼ਮੀਨ ਕੋਲ ਅਤੇ ਖੇਤੀਬਾੜੀ ਕਰਦੇ। ਸਰਕਾਰੀ ਟੈਕਸ ਤਾਰਨ ਤੋਂ ਬਾਅਦ ਜੋ ਮਿਹਨਤ ਦੇ ਚਾਰ ਦਾਣੇ ਬਚਦੇ ਸੀ ਉਹਨਾਂ ਨੂੰ ਸੇਵਾ ਦੇ ਵਿੱਚ ਲਾ ਦੇਣਾ ਉਹਨਾਂ ਦਾ ਸੁਭਾਅ ਸੀ। ਹਰ ਆਏ ਗਏ ਲੋੜਵੰਦ ਦੀ ਸੇਵਾ ਕਰਨੀ, ਹਕੂਮਤ ਦੇ ਜ਼ੁਲਮਾਂ ਕਰਕੇ ਜੋ ਸਿੰਘ ਵੱਸੋਂ ਤੋਂ ਦੂਰ ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦੇ ਸੀ, ਵੇਲੇ ਕਵੇਲੇ ਉਹਨਾਂ ਤੱਕ ਵੀ ਰਸਤ ਪਾਣੀ, ਲੀੜਾ ਕੱਪੜਾ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਾ ਦੇਣਾ ਭਾਈ ਸਾਹਿਬ ਜੀ ਦਾ ਨੇਮ ਸੀ। ਕਈ ਵਾਰ ਰਾਤ ਬਰਾਤੇ ਵੀ ਸਿੰਘ ਘਰ ਆ ਕੇ ਪ੍ਰਸ਼ਾਦਾ ਛਕ ਜਾਂਦੇ ਅਤੇ ਕੁਝ ਨਾਲ ਵੀ ਲੈ ਜਾਂਦੇ। ਆਪ ਭਾਈ ਤਾਰੂ ਸਿੰਘ ਜੀ ਹੁਣੀ ਕਈ ਵਾਰ ਭੁੱਖੇ ਵੀ ਸੌਂ ਲੈਂਦੇ, ਪਰ ਸਿੰਘਾਂ ਦੀ ਸੇਵਾ ਦੇ ਵਿੱਚ ਉਹਨਾਂ ਕਦੇ ਫਰਕ ਨਹੀਂ ਪੈਣ ਦਿੱਤਾ। ਇਸ ਸੇਵਾ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਭੈਣ ਬੀਬੀ ਤਾਰੋ ਅਤੇ ਉਹਨਾਂ ਦੀ ਮਾਤਾ ਜੀ ਦਾ ਪੂਰਾ ਸਾਥ ਸੀ। ਚੱਕੀ ਅਤੇ ਲੋਹ ਦੀ ਸੇਵਾ ਇਹਨਾਂ ਨੇ ਸੰਭਾਲੀ ਹੋਈ ਸੀ। ਸਾਰਾ ਦਿਨ ਚੁੱਲ੍ਹਾ ਤਪਿਆ ਹੀ ਰਹਿੰਦਾ ਸੀ।
ਸਾਰਾ ਇਲਾਕਾ ਭਾਈ ਤਾਰੂ ਸਿੰਘ ਜੀ ਦਾ ਬੜਾ ਸਤਿਕਾਰ ਕਰਦਾ, ਉਹਨਾਂ ਨੂੰ ਰੱਬ ਰੂਪ ਸਮਝਦਾ ਸੀ। ਇੰਨੀ ਸੇਵਾ ਭਾਵ ਅਤੇ ਮਿਹਨਤ ਦੇ ਨਾਲ ਨਾਲ ਭਾਈ ਤਾਰੂ ਸਿੰਘ ਜੀ ਬੜੇ ਵੱਡੇ ਪਰਉਪਕਾਰੀ ਵੀ ਸੀ। ਮਹਾਨ ਵਿਦਵਾਨ ਅਤੇ ਲੇਖਕ ਪ੍ਰਿੰਸੀਪਲ ਬਾਪੂ ਸਵਰਨ ਸਿੰਘ ਜੀ ਹੋਣਾ ਨੇ ਇੱਕ ਖਾਸ ਘਟਨਾ ਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਦੇ ਸਮੇਂ ਪੱਟੀ ਦਾ ਹਾਕਮ ਸੀ ਜਾਫਰ ਬੇਗ, ਜੋ ਬੜਾ ਜ਼ਾਲਮ ਅਤੇ ਵਿਸ਼ਈ ਕਿਸਮ ਦਾ ਬੰਦਾ ਸੀ। ਜਾਫਰ ਇੱਕ ਦਿਨ ਰਾਹ ਦੇ ਵਿੱਚੋਂ ਲੰਘਦਾ ਸੀ ਕਿ ਉਹਦੀ ਨਜ਼ਰ ਖੂਹ ਤੋਂ ਪਾਣੀ ਭਰਦੇ ਇੱਕ ਨੌਜਵਾਨ ਸੋਹਣੀ ਸੁਨੱਖੀ ਕੁੜੀ ਦੇ ਉੱਪਰ ਪਈ। ਜਾਫਰ ਨੇ ਜਦੋਂ ਪਤਾ ਲੱਗਾ ਤਾਂ ਉਹਨੂੰ ਪਤਾ ਲੱਗਾ ਕਿ ਇਹ ਮੁਟਿਆਰ ਦਾ ਨਾਮ ਸਲਮਾ ਹੈ ਅਤੇ ਇਹ ਇੱਕ ਗਰੀਬ ਮੁਸਲਮਾਨ ਰਹੀਮ ਬਖਸ਼ ਦੀ ਧੀ ਆ, ਜੋ ਕਿ ਮਛੇਰਾ ਹੈ। ਜਾਫਰ ਨੇ ਨਿਕਾਹ ਦੇ ਲਈ ਸੁਨੇਹਾ ਭੇਜਿਆ। ਰਹੀਮ ਨੇ ਆਪਣੀ ਧੀ ਸਲਮਾ ਦੇ ਨਾਲ ਜਦੋਂ ਗੱਲ ਕੀਤੀ ਤਾਂ ਸਲਮਾ ਨੇ ਕਿਹਾ, ਅੱਬਾ ਤੂੰ ਤਾਂ ਜਾਣਦਾ ਹੈ ਉਹ ਬੁੱਢਾ ਵਿਸ਼ਈ ਜ਼ਾਲਮ ਅਤੇ ਨਸ਼ੇੜੀ ਬੰਦਾ ਇਸ ਨਰਕ ਦੇ ਵਿੱਚ ਪਾਉਣ ਦੇ ਨਾਲੋਂ ਤਾਂ ਚੰਗਾ ਹੈ ਤੂੰ ਆਪ ਹੱਥੀਂ ਮੇਰਾ ਗਲਾ ਘੁੱਟ ਦੇ। ਰਹੀਮ ਨੇ ਧੀ ਦੀ ਗੱਲ ਸੁਣ ਕੇ ਨਿਕਾਹ ਤੋਂ ਮਨ੍ਹਾ ਕਰ ਦਿੱਤਾ, ਪਰ ਜਾਫਰ ਹਾਕਮ ਸੀ ਹਵਸ਼ ਦਾ ਮਾਰਿਆ ਹੋਇਆ ਕੁੜੀ ਦੇ ਮਗਰ ਪੈ ਗਿਆ। ਹੁਣ ਪਿਓ ਧੀ ਦੋਵਾਂ ਨੂੰ ਬੜਾ ਤੰਗ ਕਰਨ ਲੱਗਾ, ਕਈ ਲੋਭ ਲਾਲਚ ਵੀ ਦਿੱਤੇ, ਧਮਕੀਆਂ ਵੀ ਦਿੱਤੀਆਂ। ਅਖੀਰ ਇੱਕ ਦਿਨ ਥੱਕੇ ਦੇ ਨਾਲ ਸਲਮਾ ਨੂੰ ਘਰੋਂ ਚੁੱਕ ਕੇ ਲੈ ਗਿਆ। ਪਿਓ ਨੇ ਬੜੇ ਤਰਲੇ ਮਿੰਨਤਾਂ ਕੀਤੀਆਂ ਪਰ ਕੋਈ ਗੱਲ ਨਾ ਸੁਣੀ ਗਈ। ਉਹ ਗਰੀਬ ਬਾਪ ਰੋਂਦਾ ਹੋਇਆ ਲਾਹੌਰ ਗਿਆ। ਲਾਹੌਰ ਦਾ ਇਸ ਵੇਲੇ ਦਾ ਨਵਾਬ ਸੀ ਜ਼ਕਰੀਆ ਖਾਨ ਅਤੇ ਇਹ ਜਾਫਰ ਦਾ ਰਿਸ਼ਤੇਦਾਰ ਸੀ, ਇਸ ਕਰਕੇ ਉੱਥੇ ਵੀ ਕੋਈ ਗੱਲ ਨਾ ਸੁਣੀ ਗਈ। ਇੱਕ ਦਿਨ ਜਾਫਰ ਤੋਂ ਆਗਿਆ ਲੈ ਕੇ ਰਹੀਮ ਬਖਸ਼ ਕੈਦ ਦੇ ਵਿੱਚ ਪਈ ਆਪਣੀ ਧੀ ਸਲਮਾ ਨੂੰ ਮਿਲਣ ਦੇ ਲਈ ਗਿਆ। ਧੀ ਨੂੰ ਰੋ ਰੋ ਕੇ ਸਾਰੀ ਅਸਲੀਅਤ ਦੱਸੀ ਕਿ ਇੱਥੇ ਕਿਧਰੇ ਵੀ ਇਨਸਾਫ ਨਹੀਂ, ਮੈਂ ਤਾਂ ਲਾਹੌਰ ਤੱਕ ਜਾ ਆਇਆ ਪਰ ਕਿਧਰੇ ਵੀ ਕੋਈ ਨਿਆਂ ਦੀ ਗੱਲ ਨਹੀਂ। ਸਲਮਾ ਨੇ ਕਿਹਾ, ਅੱਬਾ ਜਦੋਂ ਨਵਾਬਾਂ ਦੇ ਦਰਾਂ ਤੋਂ ਇਨਸਾਫ ਨਾ ਮਿਲੇ ਤਾਂ ਫਿਰ ਪਾਤਸ਼ਾਹਾਂ ਦੇ ਅੱਗੇ ਗੁਹਾਰ ਲਾਈ ਦੀ ਆ, ਤੂੰ ਹਾਰ ਨਾ ਮੰਨ, ਅਜੇ ਇੱਕ ਦਰ ਹੋਰ ਆ, ਇੱਕ ਵਾਰ ਉੱਥੇ ਜਾ, ਕਿਹੜਾ ਧੀਏ ਹੋਰ ਦਰ ਕਿਹੜਾ ਰਹਿ ਗਿਆ। ਬਾਪੂ ਤੂੰ ਖਾਲਸੇ ਦੀ ਸ਼ਰਨ ਦੇ ਵਿੱਚ ਜਾ, ਉਹਨਾਂ ਦੇ ਅੱਗੇ ਜਾ ਕੇ ਅਰਜ਼ ਕਰ, ਮੈਨੂੰ ਉਮੀਦ ਹੈ ਕਿ ਖਾਲਸਾ ਆਪਣੀ ਬੇਨਤੀ ਨੂੰ ਜ਼ਰੂਰ ਸੁਣੇਗਾ। ਧੀ ਦੇ ਕੋਲੋਂ ਸੁਣ ਕੇ ਰਹੀਮ ਬਾਹਰ ਆਇਆ, ਹੁਣ ਸਿੰਘਾਂ ਨੂੰ ਲੱਭਦਾ ਫਿਰਦਾ, ਪਰ ਸਮਾਂ ਇੱਦਾਂ ਦਾ ਸੀ ਕਿ ਸਿੰਘ ਜੰਗਲ ਵੇਲਿਆਂ ਦੇ ਵਿੱਚ ਲੁਕ ਛਿਪ ਕੇ ਰਹਿੰਦੇ ਸੀ। ਕਈ ਦਿਨ ਫਿਰਦਾ ਰਿਹਾ ਪਰ ਰਹੀਮ ਨੂੰ ਸਿੰਘ ਨਾ ਮਿਲੇ। ਇੱਕ ਦਿਨ ਰਹੀਮ ਸ਼ਾਮ ਦੇ ਵੇਲੇ ਪੂਲੇ ਪਿੰਡ ਭਾਈ ਤਾਰੂ ਸਿੰਘ ਜੀ ਨੂੰ ਆ ਮਿਲਿਆ। ਭਾਈ ਸਾਹਿਬ ਨੇ ਲੋੜਵੰਦ ਜਾਣ ਕੇ ਉਹਦੀ ਸੇਵਾ ਕੀਤੀ, ਲੰਗਰ ਪਾਣੀ ਛਕਾਇਆ, ਬਿਠਾਇਆ। ਬੈਠੇ ਹੋਇਆਂ ਦੁਖੀ ਪਿਓ ਨੇ ਆਪਣੀ ਸਾਰੀ ਅੰਦਰ ਦੀ ਪੀੜਾ ਖੋਲ੍ਹ ਸੁਣਾਈ ਅਤੇ ਕਿਹਾ, ਤਾਰੂ ਸਿਆਂ ਹੁਣ ਤਾਂ ਮੈਨੂੰ ਖਾਲਸੇ ਦੇ ਦਰੋਂ ਹੀ ਆਸ ਆ ਅਤੇ ਧੀ ਨੇ ਮੈਨੂੰ ਇਸੇ ਦਰ 'ਤੇ ਭੇਜਿਆ, ਪਰ ਖਾਲਸਾ ਕਿਧਰੇ ਨਜ਼ਰੀ ਨਹੀਂ ਪੈਂਦਾ, ਮੈਂ ਕੀ ਕਰਾਂ। ਭਾਈ ਤਾਰੂ ਸਿੰਘ ਜੀ ਨੇ ਕਿਹਾ, ਤੁਸੀਂ ਆਰਾਮ ਕਰੋ, ਗੁਰੂ ਸਾਹਿਬ ਭਲੀ ਕਰਨਗੇ, ਸਭ ਕੁਝ ਹੋ ਜਾਊ। ਭਾਈ ਤਾਰੂ ਸਿੰਘ ਜੀ ਅਕਸਰ ਰਾਤ ਨੂੰ ਸਿੰਘਾਂ ਦੇ ਲਈ ਰਸਤ ਪਾਣੀ ਲੰਗਰ ਪਾਣੀ ਤਿਆਰ ਕਰਕੇ ਲੈ ਜਾਂਦੇ ਸੀ। ਅੱਜ ਵੀ ਘਰ ਤੋਂ ਥੋੜ੍ਹੀ ਦੂਰ ਇੱਕ ਝਾੜੀ ਦੇ ਵੱਲ ਨੂੰ ਤੁਰੇ, ਉੱਥੇ 10-12 ਸਿੰਘਾਂ ਦਾ ਜਥਾ ਰੁਕਿਆ ਹੋਇਆ ਸੀ। ਜਾ ਕੇ ਫਤਿਹ ਬੁਲਾਈ, ਲੰਗਰ ਛਕਾਇਆ। ਫਿਰ ਭਾਈ ਤਾਰੂ ਸਿੰਘ ਜੀ ਨੇ ਰਹੀਮ ਦੇ ਬਾਰੇ, ਸਲਮਾ ਦੇ ਬਾਰੇ ਸਾਰੀ ਗੱਲ ਦੱਸੀ ਅਤੇ ਕਿਹਾ, ਉਹਨਾਂ ਨੂੰ ਪੰਥ ਤੋਂ ਹੀ ਆਸ ਹੈ। ਨਾਲੇ ਮੈਂ ਭਾਈ ਮਨੀ ਸਿੰਘ ਜੀ ਦੇ ਕੋਲੋਂ ਸੁਣਿਆ ਸੀ ਕਿ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਆਏ ਇੱਕ ਗਰੀਬ ਬ੍ਰਾਹਮਣ ਦੀ
ਧੀ ਨੂੰ ਬੱਸੀ ਦੇ ਹਾਕਮਾਂ ਦੇ ਕੋਲੋਂ ਛਡਵਾਇਆ ਸੀ। ਪੰਥ ਗੁਰੂ ਦਾ ਰੂਪ ਹੈ ਅਤੇ ਆਪ ਜੀ ਕਿਰਪਾ ਕਰੋ ਅਤੇ ਸਭ ਕੁਝ ਹੋ ਸਕਦਾ। ਸਿੰਘਾਂ ਨੇ ਭਾਈ ਸਾਹਿਬ ਜੀ ਨੂੰ ਕਿਹਾ, ਤੁਸੀਂ ਫਿਕਰ ਨਾ ਕਰੋ, ਖਾਲਸਾ ਅਤੇ ਪ੍ਰਗਟ ਹੀ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦੇ ਲਈ ਹੋਇਆ। ਤੁਸੀਂ ਰਹੀਮ ਨੂੰ ਸਾਡੇ ਨਾਲ ਭੇਜੋ। ਸਿੰਘਾਂ ਨੇ ਭਾਈ ਤਾਰੂ ਸਿੰਘ ਜੀ ਦੇ ਘਰੋਂ ਰਹੀਮ ਨੂੰ ਲਿਆ। ਗੁਰੇਲਾ ਨੀਤੀ ਦੇ ਤਹਿਤ ਸਾਰਿਆਂ ਨੇ ਭੇਸ ਬਦਲ ਲਿਆ। ਪੱਟੀ ਪਹੁੰਚ ਗਏ। ਬਾਹਰਲਾ ਕੁੰਡਾ ਇਹ ਕਹਿ ਕੇ ਪਹਿਰੇਦਾਰਾਂ ਦੇ ਕੋਲੋਂ ਖੁਲਵਾ ਲਿਆ ਕਿ ਲਾਹੌਰ ਤੋਂ ਖਾਸ ਪੈਗਾਮ ਆਇਆ ਜਾਫਰ ਬੇਗ ਦੇ ਲਈ। ਇੱਦਾਂ ਸਿੰਘ ਅੰਦਰ ਚਲੇ ਗਏ। ਅੱਗੇ ਕੁਝ ਪਹਿਰੇਦਾਰ ਸੁੱਤੇ ਪਏ ਸੀ, ਕੁਝ ਇੱਧਰ ਉੱਧਰ ਸੀ। ਰਹੀਮ ਨੇ ਦੱਸਿਆ, ਸਲਮਾ ਇੱਧਰਲੇ ਪਾਸੇ ਕੈਦਖਾਨੇ ਦੇ ਵਿੱਚ ਹੈ। ਬਚਦੇ ਬਚਾਉਂਦੇ ਰਹੀਮ ਦੇ ਸਮੇਤ ਸਲਮਾ ਦੇ ਕੋਲ ਸਿੰਘ ਪਹੁੰਚੇ। ਸਲਮਾ ਨੂੰ ਆਪਣੇ ਨਾਲ ਲਿਆ ਅਤੇ ਵਾਪਸੀ 'ਤੇ ਕੁਝ ਪਹਿਰੇਦਾਰਾਂ ਨੂੰ ਜਦੋਂ ਸ਼ੱਕ ਹੋਇਆ ਅਤੇ ਸਿੰਘਾਂ ਨੇ ਉਹਨਾਂ ਦਾ ਸੋਧਾ ਲਾ ਦਿੱਤਾ ਅਤੇ ਸਲਮਾ ਨੂੰ ਲੈ ਕੇ ਪੱਟੀ ਤੋਂ ਹਵਾ ਹੋ ਗਏ। ਉਹ ਦੋਵੇਂ ਪਿਓ ਧੀ ਰਹੀਮ ਅਤੇ ਸਲਮਾ ਕਸੂਰ ਚਲੇ ਗਏ। ਕਸੂਰ ਉਹਨਾਂ ਦੇ ਰਿਸ਼ਤੇਦਾਰੀ ਵੀ ਸੀ ਅਤੇ ਦੂਸਰਾ ਕਸੂਰ ਦੇ ਉੱਪਰ ਲਾਹੌਰ ਦਾ ਹੁਕਮ ਨਹੀਂ ਸੀ ਚੱਲਦਾ। ਸਵੇਰੇ ਜਦੋਂ ਜਾਫਰ ਨੂੰ ਪਤਾ ਲੱਗਾ ਅਤੇ ਬੜੀ ਖੋਜ ਕੀਤੀ ਪਰ ਨਾ ਸਿੰਘ ਲੱਭੇ ਅਤੇ ਨਾ ਸਲਮਾ ਅਤੇ ਰਹੀਮ ਪਿਓ ਧੀ। ਇੱਦਾਂ ਪਰ ਉਪਕਾਰੀ ਭਾਈ ਤਾਰੂ ਸਿੰਘ ਜੀ ਨੇ ਇੱਕ ਗਰੀਬ ਮੁਸਲਮਾਨ ਦੀ ਧੀ ਨੂੰ ਇੱਕ ਪਾਪੀ ਜ਼ਾਲਮ ਦੀ ਕੈਦ ਤੋਂ ਮੁਕਤ ਕਰਾਇਆ। ਇੱਦਾਂ ਦੇ ਕੰਮ ਭਾਈ ਤਾਰੂ ਸਿੰਘ ਜੀ ਆਮ ਕਰਦੇ ਰਹਿੰਦੇ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਖਮਨੀ ਸਾਹਿਬ ਦੇ ਵਿੱਚ ਅੰਮ੍ਰਿਤ ਰੂਪ ਬਚਨ ਨੇ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਇੱਦਾਂ ਸੇਵਾ ਕਰਦਿਆਂ ਸਮਾਂ ਲੰਘਦਾ ਗਿਆ। ਜਦੋਂ ਜ਼ਕਰੀਏ ਨੇ ਦਰਬਾਰ ਸਾਹਿਬ ਮੱਸੇ ਰੰਗੜ ਦੀ ਡਿਊਟੀ ਲਾਈ ਤਾਂ ਮੱਸੇ ਨੇ ਦਰਬਾਰ ਸਾਹਿਬ ਦੇ ਵਿੱਚ ਬੜੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕੀਤੀਆਂ। ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਹੁੱਕਾ ਪੀਂਦਾ, ਕੰਜਰੀਆਂ ਨਚਾਉਂਦਾ ਅਤੇ ਹੋਰ ਬੇਅਦਬੀ ਕਰਦਾ। ਜਦੋਂ ਇਸ ਬੇਅਦਬੀ ਦਾ ਪਤਾ ਖਾਲਸੇ ਨੂੰ ਲੱਗਾ ਤਾਂ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋ ਅਤੇ ਬਾਬਾ ਮਹਿਤਾਬ ਸਿੰਘ ਜੀ ਮੀਰਾਂ ਕੋਟੀਏ ਨੇ ਮੱਸੇ ਦਾ ਸੋਧਾ ਲਾਇਆ ਅਤੇ ਉਹਦਾ ਸਿਰ ਲਾ ਕੇ ਬੁੱਢੇ ਜੋੜ ਲੈ ਗਏ। ਜ਼ਕਰੀਏ ਦੇ ਲਈ ਇਹ ਬੜੀ ਵੱਡੀ ਹਾਰ ਸੀ ਕਿ ਉਹਦਾ ਖਾਸਮ ਖਾਸ ਚੌਧਰੀ, ਜਿਸ ਨੂੰ ਦਿਨ ਦਿਹਾੜੇ ਵੱਢ ਕੇ ਅਤੇ ਉਹਦਾ ਸਿਰ ਲੈ ਜਾਣਾ ਅਤੇ ਫੜਿਆ ਵੀ ਕੋਈ ਨਾ ਜਾਵੇ, ਇਹ ਜ਼ਕਰੀਏ ਦੇ ਲਈ ਬੜੀ ਦੁਖਦਾਈ ਗੱਲ ਸੀ। ਜ਼ਕਰੀਏ ਨੇ ਹੁਣ ਸਿੰਘਾਂ ਦੇ ਉੱਪਰ ਹੋਰ ਸਖਤੀ ਕਰ ਦਿੱਤੀ। ਸਾਰੇ ਚੌਧਰੀ ਨੰਬਰਦਾਰਾਂ ਮੁਖਬਰਾਂ ਨੂੰ ਬੜੀ ਸਖਤੀ ਦੇ ਨਾਲ ਹੁਕਮ ਕੀਤਾ। ਇੱਕ ਦਿਨ ਜ਼ਕਰੀਏ ਨੇ ਲਾਹੌਰ ਸਭਾ ਬੁਲਾਈ ਕਿ ਇਹ ਜਿਹੜੇ ਸਿੰਘ ਨੇ ਇਹਨਾਂ ਦੇ ਮੈਂ ਘਰ ਢਾ ਦਿੱਤੇ, ਬੇਘਰ ਕਰ ਦਿੱਤਾ, ਜ਼ਮੀਨਾਂ ਖੋਹ ਲਈਆਂ, ਕਾਰੋਬਾਰ ਕੋਈ ਕਰਦਾ ਨਹੀਂ, ਵਪਾਰ ਸਾਰੇ ਠੱਪ ਨੇ। ਇਹ ਜੰਗਲਾਂ ਬੇਲਿਆਂ ਦੇ ਵਿੱਚ ਚਲੋ ਜਿੱਥੇ ਵੀ ਰਹਿੰਦੇ ਆ ਕੁਝ ਖਾਂਦੇ ਤਾਂ ਹੋਣਗੇ, ਅਤੇ ਜੇ ਇਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਤਾਂ ਇਹ ਭੁੱਖ ਦੇ ਨਾਲ ਹੀ ਕਿਉਂ ਨਹੀਂ ਮਰ ਜਾਂਦੇ? ਆਖਿਰ ਸਰੀਰ ਹੈ, ਸਰੀਰ ਨੂੰ ਰੋਟੀ ਦੀ ਲੋੜ ਹੁੰਦੀ ਆ, ਇਹ ਭੁੱਖ ਦੇ ਨਾਲ ਕਿਉਂ ਨਹੀਂ ਮਰ ਜਾਂਦੇ, ਕਿੱਥੋਂ ਖਾਂਦੇ ਆ? ਸਰਦਾਰ ਭੰਗੂ ਜੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਆ ਕਿ ਜ਼ਕਰੀਏ ਦੇ ਕੋਲੋਂ ਸੁਣ ਕੇ ਜੰਡਿਆਲੇ ਦੇ ਨਿਰੰਜਨੀਏ ਆਕਲ ਦਾਸ ਨੇ ਕਿਹਾ, ਨਵਾਬ ਸਾਹਿਬ ਬਥੇਰੇ ਆ ਇਹਨਾਂ ਬਾਗੀਆਂ ਨੂੰ ਰੋਟੀਆਂ ਖਵਾਉਣ ਵਾਲੇ। ਨਵਾਬ ਗੁੱਸੇ ਦੇ ਨਾਲ ਭਰਿਆ ਕਹਿਣ ਲੱਗਾ, ਕੌਣ ਆ, ਇੱਕ ਵਾਰੀ ਉਹਨਾਂ ਦਾ ਨਾਮ ਤਾਂ ਦੱਸ। ਨਿਰੰਜਨੀਏ ਨੇ ਕਿਹਾ, ਸਭ ਤੋਂ ਵੱਡਾ ਅਤੇ ਇੱਕ ਸਿੰਘਾਂ ਦਾ ਸੇਵਾਦਾਰ ਬਣਿਆ ਫਿਰਦਾ ਪੁੱਲੇ ਪਿੰਡ ਦਾ ਤਾਰੂ ਸੌਂ, ਜਿਹੜਾ ਤੁਹਾਡੇ ਨੱਕ ਦੇ ਥੱਲੇ ਰਹਿ ਕੇ ਇਹਨਾਂ ਸਿੱਖੜਿਆਂ ਨੂੰ ਲੰਗਰ ਖਵਾਉਂਦਾ ਫਿਰਦਾ। ਆਪ ਭਾਵੇਂ ਭੁੱਖਾ ਸੌਂ ਲਵੇ ਪਰ ਉਹਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ, ਇਹਦੇ ਵਿੱਚ ਉਹਦੀ ਮਾਂ ਅਤੇ ਭੈਣ ਵੀ ਨਾਲ ਆ।
ਕ੍ਰੋਧ ਦੇ ਨਾਲ ਭਰੇ ਹੋਏ ਜ਼ਕਰੀਏ ਨੇ ਕਿਹਾ, ਤਾਰੂ ਸਿੰਘ ਨੂੰ ਪੇਸ਼ ਕੀਤਾ ਜਾਵੇ। ਲਾਹੌਰ ਤੋਂ ਪੁਲਿਸ ਦੇ ਇੱਕ ਟੁਕੜੇ ਤੁਰੇ ਪੁੱਲੇ ਪਿੰਡ ਪਹੁੰਚੇ। ਭਾਈ ਤਾਰੂ ਸਿੰਘ ਜੀ ਉਸ ਵੇਲੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ। ਇੱਕ ਬੰਦੇ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਦੱਸਿਆ, ਤਾਰੂ ਸਿੰਘ ਪੁਲਿਸ ਆਈ ਆ, ਤੈਨੂੰ ਲੱਭਦੇ ਫਿਰਦੇ, ਸ਼ਹਿਰ ਤੈਨੂੰ ਫੜਨ ਦੇ ਲਈ ਆਈ ਆ, ਤੂੰ ਕਿਧਰੇ ਆਸੇ ਪਾਸੇ ਹੋ ਜਾ, ਅਸੀਂ ਆਪੇ ਸਾਂਭ ਲਵਾਂਗੇ। ਭਾਈ ਤਾਰੂ ਸਿੰਘ ਜੀ ਨੇ ਉਹਨੂੰ ਹੌਂਸਲਾ ਦਿੰਦਿਆਂ ਕਿਹਾ, ਆਪਾਂ ਕੋਈ ਗੁਨਾਹ ਨਹੀਂ ਕੀਤਾ ਸੱਜਣਾ, ਆਪਾਂ ਨੂੰ ਲੁਕਣ ਦੀ ਕੀ ਲੋੜ ਆ। ਭਾਈ ਤਾਰੂ ਸਿੰਘ ਜੀ ਆਪ ਹੀ ਤੁਰ ਕੇ ਪਿੰਡ ਆ ਗਏ ਅਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਭਾਈ ਤਾਰੂ ਸਿੰਘ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ ਅਤੇ ਨਾਲ ਉਹਨਾਂ ਦੀ ਭੈਣ ਬੀਬੀ ਤਾਰੂ ਨੂੰ ਵੀ ਫੜ ਲਿਆ। ਪਿੰਡ ਵਾਲਿਆਂ ਨੇ ਬੜੇ ਮਿੰਨਤਾਂ ਤਰਲੇ ਕੀਤੇ, ਕੁਝ ਪੈਸੇ ਦਿੱਤੇ, ਲਾਲਚ ਦੇ ਕੇ ਭੈਣ ਤਾਰੂ ਨੂੰ ਤਾਂ ਛਡਵਾ ਲਿਆ, ਪਰ ਭਾਈ ਤਾਰੂ ਸਿੰਘ ਜੀ ਨੂੰ ਪੁਲਿਸ ਫੜ ਕੇ ਲੈ ਗਈ। ਰਾਹ ਦੇ ਵਿੱਚ ਵੀ ਜਾਂਦਿਆਂ ਹੋਇਆਂ ਇੱਕ ਪਿੰਡ ਵਾਲਿਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤਾਰੂ ਸਿੰਘ ਨੂੰ ਫੜਿਆ ਅਤੇ ਉਹਨਾਂ ਨੇ ਛਡਾਉਣ ਦਾ ਯਤਨ ਕੀਤਾ, ਪਰ ਭਾਈ ਤਾਰੂ ਸਿੰਘ ਜੀ ਨੇ ਕਿਹਾ, ਕੋਈ ਲੋੜ ਨਹੀਂ, ਸਭ ਕੁਝ ਗੁਰੂ ਦੇ ਹੁਕਮ ਦੇ ਵਿੱਚ ਹੈ, ਤੁਸੀਂ ਫਿਕਰ ਨਾ ਕਰੋ। ਨਾਲੇ ਜੇਕਰ ਤੁਸੀਂ ਇੱਦਾਂ ਦਾ ਕੰਮ ਕੀਤਾ ਮੈਨੂੰ ਛਡਾਉਣ ਵਾਲਾ, ਤਾਂ ਜ਼ਕਰੀਆ ਬੜਾ ਜ਼ਾਲਮ ਆ, ਉਹਦਾ ਕਹਿਰ ਤੁਹਾਡੇ ਸਾਰੇ ਪਿੰਡ 'ਤੇ ਟੁੱਟੂਗਾ, ਅਤੇ ਮੈਂ ਨਹੀਂ ਚਾਹੁੰਦਾ ਕਿ ਇੱਕ ਮੇਰੇ ਕਰਕੇ ਸਾਰੇ ਪਿੰਡ ਦੇ ਉੱਪਰ ਕਹਿਰ ਟੁੱਟੇ। ਜੋ ਵੀ ਹੋਵੇਗਾ ਗੁਰੂ ਦੇ ਹੁਕਮ ਦੇ ਵਿੱਚ ਹੈ, ਮਾਲਕ ਭਲੇ ਕਰੋ। ਇੱਦਾਂ ਭਾਈ ਤਾਰੂ ਸਿੰਘ ਜੀ ਨੂੰ ਸਿਪਾਹੀ ਫੜ ਕੇ ਲਾਹੌਰ ਲੈ ਆਏ। ਕੁਝ ਦਿਨ ਲਾਹੌਰ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਕਚਹਿਰੀ ਲੱਗੀ, ਜ਼ਕਰੀਏ ਦੇ ਅੱਗੇ ਪੇਸ਼ੀ ਹੋਈ। ਜਾਂਦਿਆਂ ਹੀ ਜ਼ਕਰੀਏ ਦੇ ਸਾਹਮਣੇ ਭਾਈ ਤਾਰੂ ਸਿੰਘ ਜੀ ਨੇ ਉੱਚੀ ਆਵਾਜ਼ ਦੇ ਵਿੱਚ ਗੁਰੂ ਕੀ ਫਤਿਹ ਬੁਲਾਈ। ਸੁਣ ਕੇ ਜ਼ਕਰੀਏ ਨੇ ਕਿਹਾ, ਉਹ ਸਿੱਖੜਿਆ, ਇਹ ਅਨੰਦਪੁਰ ਜਾਂ ਅੰਮ੍ਰਿਤਸਰ ਨਹੀਂ, ਇੱਥੇ ਸਲਾਮ ਕਰੀਦੀ ਆ, ਇਹ ਲਾਹੌਰ ਆ, ਨਵਾਬ ਜ਼ਕਰੀਏ ਦਾ ਦਰਬਾਰ। ਭਾਈ ਤਾਰੂ ਸਿੰਘ ਜੀ ਨੇ ਕਿਹਾ, ਗੁਰੂ ਦੀ ਫਤਿਹ ਕਿਸੇ ਜਗ੍ਹਾ ਦੀ ਪਾਬੰਦ ਨਹੀਂ। ਫਿਰ ਜ਼ਕਰੀਏ ਨੇ ਕਿਹਾ, ਤੇਰੀ ਸ਼ਿਕਾਇਤ ਆਈ ਆ ਕਿ ਤੂੰ ਹਕੂਮਤ ਦੇ ਬਾਗੀਆਂ ਨੂੰ ਪਨਾਹ ਦੇਣਾ ਅਤੇ ਉਹਨਾਂ ਨੂੰ ਰੋਟੀ ਪਾਣੀ ਖਵਾਉਣਾ। ਭਾਈ ਸਾਹਿਬ ਨੇ ਕਿਹਾ, ਮੈਂ ਕੋਈ ਚੋਰੀ ਜਾਂ ਡਾਕੇ ਨਹੀਂ ਮਾਰਦਾ, ਮੈਂ ਆਪਣੀ ਮਿਹਨਤ ਕਰਦਾ ਅਤੇ ਤੁਹਾਡਾ ਪੂਰਾ ਟੈਕਸ ਤਾਰਦਾ, ਆਪਣੀ ਮਿਹਨਤ ਦੇ ਵਿੱਚੋਂ ਜੋ ਵਧੇ ਉਹ ਲੋੜਵੰਦਾਂ ਨੂੰ ਛਕਾ ਦੇਣਾ, ਤੂੰ ਵੀ ਕਿਧਰੇ ਆ ਜਾਈਂ, ਤੈਨੂੰ ਵੀ ਛਕਾ ਦਿਆਂਗੇ। ਬਾਕੀ ਜੋ ਤੁਹਾਡੀ ਨਜ਼ਰ ਦੇ ਵਿੱਚ ਬਾਗੀ ਆ, ਮੇਰੀ ਨਜ਼ਰ ਦੇ ਵਿੱਚ ਉਹ ਗੁਰੂ ਦੇ ਸਿੱਖ ਆ, ਗੁਰੂ ਦੇ ਸਿੰਘ ਆ, ਅਤੇ ਮੇਰੇ ਗੁਰੂ ਦਾ ਹੁਕਮ ਹੈ ਕਿ ਦਰ ਆਏ ਸਿੱਖ ਦੀ ਸੇਵਾ ਕਰਨੀ। ਨਵਾਬ ਨੇ ਕਿਹਾ, ਜਦੋਂ ਤੂੰ ਜ਼ੁਲਮ ਸਵੀਕਾਰ ਹੀ ਕਰ ਲਿਆ, ਫਿਰ ਤੈਨੂੰ ਇਹ ਵੀ ਪਤਾ ਹੋਊ ਕਿ ਇਹਦੀ ਸਜ਼ਾ ਕੀ ਆ। ਭਾਈ ਸਾਹਿਬ ਨੇ ਕਿਹਾ, ਸਜ਼ਾ ਦਾ ਵੀ ਪਤਾ। ਹੁਣ ਨਵਾਬ ਨੇ ਚਾਲ ਬਦਲੀ ਅਤੇ ਮਿੱਠੇ ਪਿਆਰੇ ਜੇ ਹੋ ਕੇ ਕਹਿਣ ਲੱਗਾ, ਤਾਰੂ ਸਿਆਂ ਕਿਉਂ ਅਜਾਈ ਮੌਤੇ ਮਰਦਾ, ਤੂੰ ਇੱਦਾਂ ਕਰ, ਮੁਸਲਮਾਨ ਹੋ ਜਾ, ਪਰ ਜਵਾਨੀ ਦੀ ਤੇਰੀ ਉਮਰ ਆ, 25 ਸਾਲ ਭਾਈ ਸਾਹਿਬ ਦੀ ਉਮਰ ਆ, ਤੇਰਾ ਵਿਆਹ ਕਰਵਾ ਦਿੰਦੇ ਹਾਂ, ਤੂੰ ਅਜੇ ਵੇਖਿਆ ਹੀ ਕੀ ਆ, ਤੈਨੂੰ ਜਗੀਰ ਦੇਵਾਂਗੇ, ਆਨੰਦ ਮਾਣ, ਜੀਵਨ ਦੇ ਰਸ ਨੂੰ ਭੋਗ, ਕੀ ਕੱਢਣਾ ਇਸ ਸਿੱਖੀ ਦੇ ਵਿੱਚੋਂ, ਹੁਣ ਤੱਕ ਕੀ ਮਿਲਿਆ ਤੈਨੂੰ। ਭਾਈ ਸਾਹਿਬ ਨੇ ਕਿਹਾ, ਮੈਨੂੰ ਤੇਰੇ ਪਾਪਾਂ ਦੀ ਕਮਾਈ ਦੀ ਲੋੜ ਨਹੀਂ, ਦੂਜੀ ਗੱਲ ਮੈਂ ਸਿੱਖੀ ਨਹੀਂ ਛੱਡਣੀ, ਇਹ ਤਾਂ ਕੇਸਾਂ ਸਵਾਸਾਂ ਦੇ ਨਾਲ ਨਿਭੂ। ਕ੍ਰੋਧ ਦੇ ਨਾਲ ਭਰੇ ਜ਼ਕਰੀਏ ਨੇ ਕਿਹਾ, ਆਹ ਵਾਲਾਂ ਦੀ ਪੰਡ ਨੂੰ ਜਿਹਨੂੰ ਤੂੰ ਸਿੱਖੀ ਸਮਝੀ ਫਿਰਦਾ, ਇਹ ਤਾਂ ਮੈਂ ਹੁਣੇ ਜੁੱਤੀਆਂ ਮਾਰ ਮਾਰ ਕੇ ਉਡਾ ਦੇਊਂ। ਕੇਸਾਂ ਦੇ ਬਾਰੇ ਆਪ ਸ਼ਬਦ ਸੁਣ ਕੇ ਭਾਈ ਸਾਹਿਬ ਨੇ ਉਸੇ ਵੇਲੇ ਜਵਾਬ ਦਿੱਤਾ, ਮੇਰੇ ਸਿੱਖੀ ਤਾਂ ਕੇਸਾਂ ਸਵਾਸਾਂ ਦੇ ਨਾਲ ਹੀ ਨਿਭੂ, ਪਰ ਤੈਨੂੰ ਨਰਕਾਂ ਤੱਕ ਜੁੱਤੀ ਦੀ ਨੋਕ 'ਤੇ ਛੱਡ ਕੇ ਆਉਂ ਪਾਪੀਆ,
ਕ੍ਰੋਧ ਦੇ ਨਾਲ ਭਰਿਆ ਜ਼ਕਰੀਆ ਉਹਨੇ ਉਸੇ ਵੇਲੇ ਨਾਈ ਨੂੰ ਬੁਲਾਇਆ ਅਤੇ ਕਿਹਾ, ਇਹਦੇ ਵਾਲ ਕੱਟ ਦਿਓ, ਮੈਂ ਵੀ ਵੇਖਦਾ ਕਿਵੇਂ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭਦੀ ਇਹਦੀ। ਭਾਈ ਸਾਹਿਬ ਨੇ ਮਨ ਹੀ ਮਨ ਦੇ ਵਿੱਚ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਗੁਰੂ ਦੀ ਐਸੀ ਕਲਾ ਵਰਤੀ ਕਿ ਇੱਕ ਵੀ ਕੇਸ ਨਾ ਕੱਟਿਆ ਗਿਆ। ਜ਼ਕਰੀਏ ਨੇ ਕਿਹਾ, ਨਾਈ ਨਹੀਂ ਤਾਂ ਮੋਚੀ ਨੂੰ ਸੱਦੋ, ਇਹਦੀ ਖੋਪਰੀ ਹਿਲਵਾ ਦਿਆਂਗੇ ਵਾਲਾਂ ਦੇ ਸਮੇਤ। ਮੋਚੀ ਆਇਆ। ਜ਼ਕਰੀਏ ਨੇ ਸਮੇਤ ਵਾਲਾਂ ਦੇ ਖੋਪਰੀ ਉਤਾਰਨ ਦਾ ਹੁਕਮ ਕੀਤਾ ਤਾਂ ਜਲਾਦ ਨੇ ਤਿੱਖੀ ਰੰਬੇ ਪਹਿਲਾਂ ਭਾਈ ਸਾਹਿਬ ਜੀ ਦੇ ਮੱਥੇ 'ਤੇ ਰੱਖ ਕੇ ਸੱਟ ਮਾਰੀ ਅਤੇ ਕੰਨਾਂ ਤੱਕ ਅੱਗੇ ਧੱਸ ਗਈ। ਫਿਰ ਦੋਨਾਂ ਸੱਜੇ ਅਤੇ ਖੱਬੇ ਪਾਸੇ ਤੋਂ ਕੰਨਾਂ ਦੇ ਲਾਗੋਂ ਰੰਬੇ ਅੰਦਰ ਧਸਾ ਕੇ ਉਹਨੂੰ ਦੱਬਿਆ। ਫਿਰ ਮਗਰੋਂ ਗਿੱਚੀ ਦੇ ਵਿੱਚ ਰੱਖ ਕੇ ਰੰਬੇ ਨੂੰ ਸੱਟ ਮਾਰੀ ਅਤੇ ਉਹ ਅੰਦਰ ਧੱਸ ਗਈ। ਇੱਦਾਂ ਚਾਰੇ ਪਾਸਿਆਂ ਤੋਂ ਰੰਬੇ ਦੇ ਨਾਲ ਉਖੇੜ ਕੇ ਉੱਪਰੋਂ ਵਾਲਾਂ ਤੋਂ ਫੜ ਕੇ ਜਦੋਂ ਮੋਚੀ ਨੇ ਜ਼ੋਰ ਦੇ ਨਾਲ ਖਿੱਚਿਆ ਤਾਂ ਸਮੇਤ ਕੇਸਾਂ ਦੇ ਖੋਪਰੀ ਜਲਾਦ ਦੇ ਹੱਥ ਦੇ ਵਿੱਚ ਆ ਗਈ। ਇੱਦਾਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਨੂੰ ਉਤਾਰਿਆ ਗਿਆ ਅਤੇ ਸਿਰ ਦੇ ਵਿੱਚੋਂ ਇੱਕਦਮ ਇੰਨਾ ਖੂਨ ਛੁੱਟਿਆ ਕਿ ਸਾਰਾ ਸਰੀਰ ਲਹੂ ਦੇ ਨਾਲ ਭਿੱਜ ਗਿਆ। ਐਂ ਲੱਗਦਾ ਸੀ ਜਿਵੇਂ ਕੋਈ ਗੰਗਾ ਦੇ ਵਿੱਚ ਡੁਬਕੀ ਲਾ ਕੇ ਬਾਹਰ ਆਇਆ ਹੋਵੇ। ਦੇਖਣ ਵਾਲਿਆਂ ਦੇ ਅੰਦਰ ਹਾਹਾਕਾਰ ਮੱਚ ਉੱਠੀ, ਪਰ ਭਾਈ ਤਾਰੂ ਸਿੰਘ ਜੀ ਦੇ ਮੂੰਹ ਦੇ ਵਿੱਚੋਂ ਸੀ ਨਹੀਂ ਹੋਈ। ਉਹ ਸਗੋਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਰਹੇ। ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਜੀ ਭੰਗੂ ਲਿਖਦੇ ਆ, ਸਰੀਰ ਰਕਤ ਸਿਉ ਕਰੇ ਸਨਾਨ, ਜਾਉ ਗੰਗਾ ਮੈਂ ਟੁੱਬੇ ਲਾਨ, ਸਿੰਘ ਜੀ ਮੁਖੋਂ ਨਾ ਹਾਏ ਕਰੈ, ਗੁਰੂ ਗੁਰੂ ਮੁਖ ਤੇ ਸੋ ਰਰੈ। ਜ਼ਕਰੀਏ ਨੇ ਕਿਹਾ, ਸੁਣਾ ਤਿਆ ਤਾਰੂ ਸਿਆਂ, ਹੁਣ ਸੌਖਾ ਖੋਪਰੀ ਲਵਾ ਕੇ? ਭਾਈ ਸਾਹਿਬ ਨੇ ਕਿਹਾ, ਉਹ ਪਾਪੀਆ ਤੂੰ ਕੀ ਜਾਣੇ ਮੈਂ ਕਿੰਨੇ ਆਨੰਦ ਦੇ ਵਿੱਚ ਬੈਠਾਂ। ਇੱਦਾਂ ਖੂਨ ਜ਼ਿਆਦਾ ਵਗ ਜਾਣ 'ਤੇ ਭਾਈ ਤਾਰੂ ਸਿੰਘ ਜੀ ਬੇਹੋਸ਼ ਹੋ ਗਏ। ਭਾਈ ਸਾਹਿਬ ਜੀ ਨੂੰ ਚੁੱਕ ਕੇ ਕਿਲ੍ਹੇ ਦੇ ਬਾਹਰ ਖਾਈ ਦੇ ਵਿੱਚ ਸੁਟਵਾ ਦਿੱਤਾ। ਅਗਲੇ ਦਿਨ ਨਵਾਬ ਉੱਥੋਂ ਦੀ ਲੰਘਦਾ ਸੀ ਤਾਂ ਭਾਈ ਸਾਹਿਬ ਜੀ ਬਾਣੀ ਦਾ ਪਾਠ ਕਰਦੇ ਸੀ। ਆਵਾਜ਼ ਨੂੰ ਸੁਣ ਕੇ ਜ਼ਕਰੀਆ ਆਂਦਾ, ਓਏ ਸਿੱਖੜਿਆ ਤੂੰ ਅਜੇ ਮਰਿਆ ਨਹੀਂ? ਭਾਈ ਸਾਹਿਬ ਆਂਦੇ, ਤੈਨੂੰ ਜੁੱਤੀ ਦੀ ਨੋਕ 'ਤੇ ਨਾਲ ਲੈ ਕੇ ਜਾਣਾ, ਤੈਨੂੰ ਦੱਸਿਆ ਤਾਂ ਸੀ, ਐਂ ਨਹੀਂ ਮੈਂ ਮਰਦਾ। ਮਿੰਨਤਾਂ ਤਰਲੇ ਕਰਕੇ ਕੁਝ ਸਿੱਖ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਗੁਰੂ ਘਰ ਦੇ ਵਿੱਚ ਲੈ ਗਏ। ਭਾਈ ਸਾਹਿਬ ਜੀ ਦੇ ਜ਼ਖਮਾਂ ਨੂੰ ਸਾਫ਼ ਕੀਤਾ, ਕੋਸਾ ਜਿਹਾ ਕਰਕੇ ਕੜਾਹ ਬੰਨਿਆ। ਉੱਧਰ ਪਾਪੀ ਜ਼ਕਰੀਏ ਨੂੰ ਉਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਮਿਲੀ। ਉਹਦਾ ਮਲ ਮੂਤਰ ਬੰਦ ਹੋ ਗਿਆ, ਬੰਨ ਪੈ ਗਿਆ। ਬੜੀਆਂ ਲਿਲੜੀਆਂ ਦੇਵੇ ਚੀਕਾਂ ਮਾਰੇ। ਸ਼ਾਹੀ ਹਕੀਮਾਂ ਨੇ ਬੜਾ ਇਲਾਜ ਕੀਤਾ ਪਰ ਕਿਸੇ ਦੇ ਕੋਈ ਵੱਸ ਨਾ ਚੱਲਿਆ। ਅਖੀਰ ਨੂੰ ਸਾਰੇ ਬੇਵੱਸ ਹੋ ਕੇ ਹੱਥ ਖੜ੍ਹੇ ਕਰ ਗਏ। ਹੁਣ ਜ਼ਕਰੀਏ ਨੂੰ ਆਪਣੀ ਮੌਤ ਨੇੜੇ ਦਿਖਾਈ ਦੇਣ ਲੱਗੀ ਅਤੇ ਜ਼ਕਰੀਆ ਸਮਝ ਗਿਆ ਕਿ ਇਹ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਫਲ ਆ ਅਤੇ ਉਹਨੇ ਕਿਹਾ ਸੀ ਕਿ ਤੈਨੂੰ ਨਰਕਾਂ ਤੱਕ ਨਾਲ ਲੈ ਕੇ ਜਾਊਂ। ਦੁੱਖਾਂ ਦੇ ਨਾਲ ਮਰਦੇ ਹੋਏ ਜ਼ਕਰੀਏ ਨੇ ਭਾਈ ਸੁਵੇਕ ਸਿੰਘ ਜੀ ਦੇ ਹੱਥ ਭਾਈ ਤਾਰੂ ਸਿੰਘ ਜੀ ਦੇ ਕੋਲ ਬੇਨਤੀ ਭੇਜੀ ਕਿ ਮੈਂ ਬੜਾ ਦੁਖੀ ਹਾਂ, ਇਹਦਾ ਕੋਈ ਹੱਲ ਕਰੋ, ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗਦਾ, ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਭਾਈ ਸੁਵੇਕ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਕੋਲ ਗੁਰੂ ਘਰ ਦੇ ਵਿੱਚ ਗਏ, ਜ਼ਕਰੀਏ ਦੇ ਵੱਲੋਂ ਬੇਨਤੀ ਕੀਤੀ। ਭਾਈ ਸਾਹਿਬ ਨੇ ਕਿਹਾ, ਮੇਰੇ ਹੱਥੋਂ ਤੀਰ ਚੱਲ ਚੁੱਕਿਆ, ਹੁਣ ਕੁਝ ਨਹੀਂ ਹੋ ਸਕਦਾ। ਹਾਂ, ਖਾਲਸਾ ਪੰਥ ਬਖਸ਼ਣ ਯੋਗ ਹੈ ਜੇ ਬਖਸ਼ ਦੇਵੇ ਤੇ। ਭਾਈ ਸੁਵੇਕ ਸਿੰਘ ਨੇ ਜ਼ਕਰੀਏ ਦੇ ਨਾਲ ਗੱਲ ਕੀਤੀ ਅਤੇ ਪੰਥ ਦੀ ਸ਼ਰਨ ਦੇ ਵਿੱਚ ਗਏ। ਸਾਰੀ ਗੱਲ ਜਾ ਕੇ ਪੰਥ ਨੂੰ ਦੱਸੀ। ਸਿੰਘ ਬੜੇ ਬੇਰਸੀ ਦੇ ਵਿੱਚ ਆਏ
ਕੁਝ ਸਿੰਘਾਂ ਨੇ ਤੇ ਕਿਹਾ ਹੁਣੇ ਲਾਹੌਰ ਤੇ ਹਮਲਾ ਕੀਤਾ ਜਾਵੇ ਤੇ ਜਕਰੀਏ ਨੂੰ ਸੋਧਿਆ ਜਾਵੇ। ਸਰਦਾਰ ਸੁਬੇਗ ਸਿੰਘ ਨੇ ਕਿਹਾ ਜਕਰੀਆ ਤੇ ਚੰਦ ਦਿਨਾਂ ਦਾ ਪ੍ਰਾਹੁਣਾ ਹੈ, ਨਾਲੇ ਭਾਈ ਤਾਰੂ ਸਿੰਘ ਜੀ ਹੁਣਾਂ ਨੇ ਪ੍ਰਣ ਕੀਤਾ ਕਿ ਤੈਨੂੰ ਜੁੱਤੀ ਦੀ ਨੋਕ ਤੇ ਨਾਲ ਲੈ ਕੇ ਜਾਵਾਂਗਾ, ਪਰ ਹੁਣ ਸ਼ਰਨ ਆਇਆ ਹੈ ਤੇ ਲਾਜ ਰੱਖਣੀ ਪੰਥ ਦਾ ਫਰਜ਼ ਆ। ਸਰਦਾਰ ਨਵਾਬ ਕਪੂਰ ਸਿੰਘ ਨੇ ਕਿਹਾ ਜੋ ਜਕਰੀਏ ਨੇ ਜ਼ੁਲਮ ਕੀਤਾ ਪਾਪ ਕਮਾਇਆ, ਉਹਦਾ ਫਲ ਤੇ ਉਹਨੂੰ ਮਿਲੇਗਾ ਏ। ਭਾਈ ਤਾਰੂ ਸਿੰਘ ਜੀ ਦੇ ਮੁੱਖੋਂ ਨਿਕਲੇ ਹੋਏ ਬੋਲ ਜ਼ਰੂਰ ਸੱਚ ਹੋਣਗੇ, ਚਾਹੇ ਪਾਪੀ ਹੈ ਪਰ ਹੁਣ ਸ਼ਰਨ ਆਇਆ, ਇਸ ਲਈ ਬੰਨ ਦਾ ਹੱਲ ਕਰਨਾ ਸਾਡਾ ਫਰਜ਼ ਹੈ। ਅਤੇ ਉਸ ਵੇਲੇ ਨਵਾਬ ਸਾਹਿਬ ਨੇ ਕਿਹਾ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਵਾਈ ਜਾਵੇ। ਪੰਜ ਸਿੰਘਾਂ ਨੇ ਅਰਦਾਸ ਕੀਤੀ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਕਰੀਏ ਦੇ ਸਿਰ ਦੇ ਵਿੱਚ ਵੱਜੇ ਅਤੇ ਉਹਦਾ ਬੰਨ ਖੁੱਲ੍ਹੇਗਾ, ਅਤੇ ਜਿੰਨੀ ਜ਼ੋਰ ਦੇ ਨਾਲ ਜੁੱਤੀ ਸਿਰ ਦੇ ਵਿੱਚ ਵੱਜੋ ਉਨਾ ਪਿਸ਼ਾਬ ਖੁੱਲ੍ਹ ਕੇ ਆਓ। ਇਸ ਵਿੱਚ ਭਾਈ ਤਾਰੂ ਸਿੰਘ ਜੀ ਦੀ ਆਗਿਆ ਜ਼ਰੂਰ ਲੈ ਲਈ ਜਾਵੇ। ਇੱਦਾਂ ਪੰਜ ਸਿੰਘਾਂ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ। ਖਾਲਸੇ ਤੋਂ ਇਹ ਬਚਨ ਲੈ ਕੇ ਸਿਰ ਝੁਕਾ ਕੇ ਸਰਦਾਰ ਸੁਬੇਗ ਸਿੰਘ ਜੀ ਵਾਪਸ ਲਾਹੌਰ ਆਏ। ਭਾਈ ਤਾਰੂ ਸਿੰਘ ਜੀ ਨੂੰ ਆ ਕੇ ਮਿਲੇ, ਸਾਰੀ ਗੱਲ ਦੱਸੀ। ਭਾਈ ਸਾਹਿਬ ਨੇ ਕਿਹਾ ਜੋ ਪੰਥ ਨੇ ਫੈਸਲਾ ਕੀਤਾ ਸਿਰ ਮੱਥੇ। ਸਰਦਾਰ ਸੁਬੇਗ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲੈ ਕੇ ਨਵਾਬ ਸਾਹਿਬ ਦੇ ਕੋਲ ਗਏ, ਉਸ ਨੂੰ ਜਾ ਕੇ ਸਾਰੀ ਗੱਲ ਦੱਸੀ ਅਤੇ ਮਰਦਾ ਬੰਦਾ ਕੀ ਨਹੀਂ ਕਰਦਾ। ਜਕਰੀਏ ਨੇ ਕਿਹਾ ਜੋ ਵੀ ਉਹਨਾਂ ਨੇ ਕਿਹਾ ਹੈ ਛੇਤੀ ਕਰੋ, ਛੇਤੀ ਜੁੱਤੀਆਂ ਮਾਰੋ ਮੇਰੇ। ਜਦੋਂ ਜੁੱਤੀ ਸਿਰ ਦੇ ਵਿੱਚ ਮਾਰੀ ਤਾਂ ਥੋੜ੍ਹਾ ਜਿਹਾ ਪਿਸ਼ਾਬ ਖੁੱਲ੍ਹਿਆ। ਜਕਰੀਏ ਨੇ ਕਿਹਾ ਹੋਰ ਜ਼ੋਰ ਦੀ ਛੇਤੀ ਮਾਰੋ, ਜਿੰਨੇ ਜ਼ੋਰ ਦੇ ਨਾਲ ਸਿਰ ਦੇ ਵਿੱਚ ਜੁੱਤੀ ਵੱਜੇ ਉਨਾ ਪਿਸ਼ਾਬ ਖੁੱਲ੍ਹ ਕੇ ਆਵੇ। ਜਕਰੀਏ ਨੂੰ ਹੁਣ ਸਾਹ ਸੌਖਾ ਆਉਣ ਲੱਗਾ। ਸਾਰੇ ਵੈਦ ਹਕੀਮ ਬੜੇ ਹੈਰਾਨ ਹੋਏ ਕਿ ਇਹ ਕਿੱਦਾਂ ਦਾ ਇਲਾਜ ਆ, ਇੰਨੀਆਂ ਦਵਾਈ ਜੜੀ ਬੂਟੀਆਂ ਦੇ ਨਾਲ ਗੱਲ ਨਹੀਂ ਬਣੀ, ਅਤੇ ਇੱਕ ਸਿੱਖ ਦੇ ਪੈਰ ਦੀ ਜੁੱਤੀ ਦੇ ਨਾਲ ਇਲਾਜ। ਜਕਰੀਏ ਨੇ ਭਾਈ ਸਾਹਿਬ ਜੀ ਤੋਂ ਵਾਰ ਵਾਰ ਹੱਥ ਜੋੜ ਕੇ ਮਾਫ਼ੀ ਮੰਗੀ, ਸਿੱਖਾਂ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜੋ ਚਰਖੜੀਆਂ ਲੱਗੀਆਂ ਸੀ ਸ਼ਹੀਦ ਕਰਨ ਦੇ ਲਈ ਪਟਵਾ ਦਿੱਤੀਆਂ, ਕੈਦ ਕੀਤੇ ਹੋਏ ਸਾਰੇ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ। ਜਦੋਂ ਵੀ ਹੁਣ ਪਿਸ਼ਾਬ ਦਾ ਬੰਨ ਪਵੇ ਅਤੇ ਜੁੱਤੀ ਰੱਖੀ ਸੀ ਕੋਲ ਉਹ ਸਿਰ ਦੇ ਵਿੱਚ ਵੱਜੇ ਅਤੇ ਪਿਸ਼ਾਬ ਆਵੇ। ਕੁਝ ਦਿਨ ਇੱਦਾਂ ਚੱਲੇ, ਇੱਦਾਂ ਜੁੱਤੀਆਂ ਖਾਂਦੀਆਂ ਹੋਈਆਂ ਅਖੀਰ ਜਕਰੀਆ ਨਰਕਾਂ ਨੂੰ ਤੁਰ ਗਿਆ। ਉੱਧਰ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਪਤਾ ਲੱਗਾ ਕਿ ਪਾਪੀ ਰੁੜ ਗਿਆ, ਕੁੱਪਾ ਰੁੜ ਗਿਆ, ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ। ਸਰਦਾਰ ਰਤਨ ਸਿੰਘ ਜੀ ਭੰਗੂ 'ਤੇ ਲਿਖਦੇ ਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਤੋਂ ਜਲ ਲਿਆਂਦਾ ਗਿਆ, ਉਹਦੇ ਨਾਲ ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ ਅਤੇ ਆਪ ਚੌਂਕੜਾ ਮਾਰ ਕੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਸਾਰੀ ਸੰਗਤ ਨੂੰ ਆਖਰੀ ਫਤਿਹ ਬੁਲਾਈ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਖੋਪਰ ਲੱਥਣ ਤੋਂ 22 ਦਿਨ ਬਾਅਦ ਉਹਨਾਂ ਨੇ ਸ਼ਹੀਦੀ ਪਾਈ। ਸਾਰੇ ਬੜੇ ਹੈਰਾਨ ਸੀ ਕਿ ਭਾਈ ਤਾਰੂ ਸਿੰਘ ਜੀ ਨੇ ਜੋ ਕਿਹਾ ਸੀ ਕਿ ਮੈਂ ਜੁੱਤੀ ਦੀ ਨੋਕ ਅਤੇ ਪਾਪੀ ਨੂੰ ਨਾਲ ਲੈ ਕੇ ਜਾਵਾਂਗਾ, ਸੋ ਇੱਕ ਇੱਕ ਬੋਲ ਉਹਨਾਂ ਨੇ ਸੱਚ ਕਰ ਵਿਖਾਇਆ ਹੈ। ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਿਸ ਥਾਂ 'ਤੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਸੀ ਉੱਥੇ ਭਾਈ ਸਾਹਿਬ ਜੀ ਦੀ ਯਾਦ ਦੇ ਵਿੱਚ ਅਸਥਾਨ ਬਣਿਆ ਹੋਇਆ ਜੋ ਲਾਹੌਰ ਦੇ ਦਿੱਲੀ ਗੇਟ ਵਾਲੇ ਪਾਸੇ ਸਟੇਸ਼ਨ ਦੇ ਨੇੜੇ ਰਹਿ ਜਾਂਦਾ। ਦੋ ਗੱਲਾਂ ਹੋਰ ਨੇ, ਕੁਝ ਲਿਖਤਾਂ ਅਨੁਸਾਰ ਭਾਈ ਤਾਰੂ ਸਿੰਘ ਜੀ 24 ਦਿਨ ਤੱਕ ਜਿਉਂਦੇ ਰਹੇ ਪਰ ਜ਼ਿਆਦਾਤਰ 22 ਦਿਨ ਮੰਨੇ ਜਾਂਦੇ ਆ। ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਤੋਂ ਪਹਿਲਾਂ ਉਹਨਾਂ ਨੂੰ ਚਰਖੜੀ 'ਤੇ ਵੀ ਚੜ੍ਹਾਇਆ ਗਿਆ, ਇਹਦਾ ਵੀ ਲਿਖਤੀ ਜ਼ਿਕਰ ਮਿਲਦਾ। ਦੂਸਰੀ ਗੱਲ,
ਸਰਦਾਰ ਰਤਨ ਸਿੰਘ ਜੀ ਪੰਗੂ ਲਿਖਦੇ ਆ ਕਿ ਭਾਈ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦਾ ਭਾਈ ਤਾਰੂ ਸਿੰਘ ਜੀ ਦੇ ਨਾਲ ਬੜਾ ਗੂੜ੍ਹਾ ਪਿਆਰ ਸੀ। ਅਤੇ ਇਹ ਪਿਆਰ ਇੰਨਾ ਸੀ ਕਿ ਜਦੋਂ ਭਾਈ ਮਹਿਤਾਬ ਸਿੰਘ ਜੀ ਨੂੰ ਪਤਾ ਲੱਗਾ ਕਿ ਭਾਈ ਤਾਰੂ ਸਿੰਘ ਜੀ ਕੁੱਲੇ ਪਿੰਡ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਹੁਣ ਸ਼ਹੀਦ ਕਰ ਦੇਣਾ, ਤਾਂ ਭਾਈ ਮਹਿਤਾਬ ਸਿੰਘ ਜੀ ਨੇ ਵੀ ਆਪ ਗ੍ਰਿਫਤਾਰੀ ਦਿੱਤੀ। ਭਾਈ ਤਾਰੂ ਸਿੰਘ ਜੀ ਦਾ ਖੋਪਰ ਲੱਥਣ ਤੋਂ ਪਹਿਲਾਂ ਜਦੋਂ ਉਹ ਜੇਲ੍ਹ ਦੇ ਵਿੱਚ ਸੀ, ਕੈਦਖਾਨੇ ਦੇ ਵਿੱਚ, ਉੱਥੇ ਭਾਈ ਮਹਿਤਾਬ ਸਿੰਘ ਜੀ ਨੂੰ ਚਰਖੜੀ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਭਾਈ ਮਹਿਤਾਬ ਸਿੰਘ ਜੀ ਦੀ ਸਾਰੀ ਜੀਵਨੀ ਦੇ ਬਾਰੇ ਇੱਕ ਵੱਖਰੀ ਵੀਡੀਓ ਕਰਾਂਗਾ ਬਾਅਦ ਦੇ ਵਿੱਚ, ਜੋ ਇਸੇ ਚੈਨਲ ਤਾਕਿ ਸੁਬਾ 'ਤੇ ਤੁਸੀਂ ਸੁਣ ਸਕਦੇ ਹੋ। ਇੱਕ ਹੋਰ ਬੇਨਤੀ, ਜੋ ਵੀ ਵੀਰ ਸੋ ਇੱਦਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ 1 ਸਾਉਣ 1745 ਨੂੰ ਲਾਹੌਰ ਦੇ ਵਿੱਚ। ਅਖੀਰ ਦੇ ਵਿੱਚ ਇੱਕ ਬੇਨਤੀ ਹੋਰ ਕਰਾਂਗੇ ਕਿ ਜੋ ਭੈਣ ਭਰਾ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਘਰ ਜੰਮ ਕੇ ਖੁਦ ਕੋਲੋਂ ਪੈਸੇ ਦੇ ਕੇ ਅੱਜ ਕੇਸ ਕਤਲ ਕਰਵਾਉਂਦੇ ਜਾਂ ਕੇਸਾਂ ਦੀ ਬੇਅਦਬੀ ਕਰਦੇ ਆ, ਉਹਨਾਂ ਨੂੰ ਚਾਹੀਦਾ ਕਿ ਇੱਕ ਵਾਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਪ੍ਰਸੰਗ ਜ਼ਰੂਰ ਪੜ੍ਹ ਜਾਂ ਸੁਣ ਲੈਣ। ਫਿਰ ਜੋ ਇਹ ਕਹਿੰਦੇ ਫਿਰਦੇ ਆ ਕਿ ਸਾਡੇ ਅੰਦਰ ਸਿੱਖੀ ਆ, ਵਾਲ ਰੱਖਣ ਦੇ ਨਾਲ ਸਿੱਖੀ ਥੋੜ੍ਹੀ ਹੁੰਦੀ ਆ, ਉਹ ਵੀ ਇੱਕ ਵਾਰ ਭਾਈ ਤਾਰੂ ਸਿੰਘ ਜੀ ਦੀ ਖੋਪਰ ਲੱਥੀ ਤਸਵੀਰ ਨੂੰ ਵੇਖ ਕੇ ਆਪਣੇ ਅੰਦਰ ਝਾਤੀ ਮਾਰ ਕੇ ਦੱਸਣ ਕਿ ਕੀ ਭਾਈ ਤਾਰੂ ਸਿੰਘ ਜੀ ਦੇ ਅੰਦਰ ਸਿੱਖੀ ਨਹੀਂ ਸੀ ਜਿਨ੍ਹਾਂ ਨੇ ਖੋਪਰ ਲਵਾ ਦਿੱਤਾ ਪਰ ਕੇਸ ਨਹੀਂ ਕਤਲ ਕਰਵਾਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਕਲਗੀਧਰ ਪਿਤਾ ਮਹਾਰਾਜ ਮੇਰਾ ਕਰਨ, ਪੰਥ ਦੇ ਮਹਾਨ ਸ਼ਹੀਦ ਕੇਸਾਂ ਸਵਾਸਾਂ ਦੇ ਸੰਗ ਸਿੱਖੀ ਨਿਭਾਉਣ ਵਾਲੇ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਚਰਨਾਂ 'ਤੇ ਕੋਟਾਨ ਕੋਟ ਨਮਸਕਾਰ ਪ੍ਰਣਾਮ।